ਅਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲਓ ਦੋਸਤੋ 6 ਜੂਨ 2023 ਦਿਨ ਹੋ ਗਿਆ ਮੰਗਲਵਾਰ ਅੱਜ ਦਾ ਸੀਵੀਆ ਲੈ ਕੇ ਤੁਹਾਡੇ ਵਾਸਤੇ ਇਟਾਲੀਆਆਂ ਖਬਰਾਂ ਪੰਜਾਬੀ ਦੇ ਵਿੱਚ ਇਟਾਲੀਅਨ ਜਾਣਕਾਰੀ ਤੇ ਜਾਣਕਾਰੀ ਇਮੀਗ੍ਰੇਸ਼ਨ ਦੀ ਆਪਣੇ ਕੋਲ ਦੋ ਹੀ ਇਹ ਮੁਤਮੈਨ ਮੁੱਦੇ ਹੁੰਦੇ ਆ ਇਮੀਗ੍ਰੇਸ਼ਨ ਮੇਨ ਮੁੱਦਾ ਤੇ ਉਸ ਤੋਂ ਬਾਅਦ ਇਟਲੀ ਆਲੇ ਮੇਰੇ ਵੀ ਰਾਸਤੇ ਜਿਹੜੀ ਮੇਨ ਮੇਨ ਕੰਮ ਦੀ ਜਾਣਕਾਰੀ ਉਹ ਆਪਾਂ ਜਿਆਦਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤੇ ਨਿਊ ਤੇ ਜਾਣੋ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤਾਂ ਕਿ ਜਿਹੜੀ ਆਉਣ ਵਾਲੀ ਅਪਡੇਟ ਡੇਲੀ ਦੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸਭ ਤੋਂ ਪਹਿਲੀ ਗੱਲ ਸ਼ੇਅਰ ਕਰਦੇ ਹਾਂ ਵੀਰਾਂ ਦੇ ਕਮੈਂਟ ਜਿਨ੍ਹਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਆ ਰਹੇ ਸੀ ਵੱਖ-ਵੱਖ ਤਰ੍ਹਾਂ ਦੇ ਕਮੈਂਟ ਪਹਿਲਾਂ ਇੱਕ ਮੇਰੇ ਵੀਰ ਨੇ ਪੁੱਛਿਆ ਸੀਗਾ ਭਾਈ ਮੇਰੇ 27 ਮਾਰਚ ਨੂੰ ਪੇਪਰ ਫਿਲ ਹੋਏ ਆ ਟਾਈਮ ਸੀਗਾ 9 ਸੌਰੀ ਟਾਈਮ 9 ਵਜੇ ਕੇ ਨਹੀਂ 9 ਵਜੇ ਤੋਂ ਪਹਿਲਾਂ ਦਾ ਟਾਈਮ ਸੀ 8:57 ਮਿੰਟ ਤੇ 01 ਸੈਕਿੰਡ ਦਾ ਟਾਈਮ ਭਈ ਨਿਕਲ ਸਕਦਾ ਏ ਕਿ ਨਹੀਂ ਸੋ ਵੀਰ ਮੇਰੇ ਇਦਾਂ ਦੇ ਏਜੰਟਾਂ ਤੋਂ ਇਦਾਂ ਦੇ ਫਰੌਡੀ ਏਜੰਟਾਂ ਤੋਂ بچਿਆ ਕਰੋ ਕਿਉਂਕਿ 27 ਮਾਰਚ ਨੂੰ ਇੱਕ ਸਵੇਰੇ 9 ਵਜੇ ਦਾ ਟਾਈਮ ਸੀਗਾ ਪੇਪਰ 9 ਵਜੇ ਤੋਂ ਸਟਾਰਟ ਹੋਇਆ ਨਾ ਕਿ 9 ਵਜੇ ਤੋਂ ਇੱਕ ਸੈਕਿੰਡ ਪਹਿਲਾਂ ਵੀ ਨਹੀਂ ਫਿਲ ਕਰ ਸਕਦੇ ਸੀ 9 ਵਜੇ 9 ਵਜੇ ਸਟਾਰਟਿੰਗ ਹੋਈਏ ਪੇਪਰਾਂ ਦੀ ਫਿਲ ਕਰਨ ਦੀ ਸੋ ਇਦਾਂ ਦੇ ਏਜੰਟਾਂ ਤੋਂ ਧੋਕੇ ਵਜਾਂ ਤੋਂ بچਿਆ ਕਰੋ ਅੱਗੇ ਮੇਰੇ ਵੀਰ ਨੇ ਇੱਕ ਨੇ ਪੁੱਛਿਆ ਵੀ ਕਨਵਰਸੀਨ ਵਾਲੇ ਦਾ ਦਮਾਂਦਾ ਕਰਨਾ ਜਿਹੜੇ ਕਰ ਸਕਦੇ ਆ ਹੁਣ ਕਰ ਸਕਦੇ ਆ ਦਮਾਂਦਾ ਹਾਂ ਜ਼ਰੂਰ ਕਰ ਸਕਦੇ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਹਜੇ ਵੀ ਕੋਟਾ ਹੈਗਾ ਕਨਵਰਸੀਨ ਵਾਲਾ ਤੇ ਇਹ ਤੁਸੀਂ ਕਰ ਸਕਦੇ ਆ ਕਿਉਂਕਿ ਇਹ ਕਨਵਰਸੀਨ ਵਾਲਾ ਦਮਾਂਦਾ ਕਰਨਾਸਤੇ ਤੁਹਾਨੂੰ ਕੋਟਾ ਹੋਣਾ ਜ਼ਰੂਰੀ ਹੈ ਇਹ ਜਦੋਂ ਵੀ ਡਿਕਰੇਟ ਫਲੂਸੀ ਓਪਨ ਹੁੰਦੀ ਹੈ ਉਹਦੇ ਵਿੱਚ ਹੀ ਇਹ ਕੋਟਾ ਜਾਰੀ ਹੁੰਦਾ ਉਸ ਤੋਂ ਬਿਨਾਂ ਨਹੀਂ ਤੁਸੀਂ ਕਰ ਸਕਦੇ ਬਈ ਜੇਕਰ ਕੋਟਾ ਜਿਵੇਂ ਇਸ ਸਾਲ ਜਾਰੀ ਹੋਇਆ ਸੀਗਾ 7000 ਬੰਦੇ ਵਾਸਤੇ ਆ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਆ ਉਥੇ ਕੋਟਾ ਹੈਗਾ ਤਾਂ ਜ਼ਰੂਰ ਕਰ ਸਕਦੇ ਆ ਨਮੰਦਾ ਇੱਕ ਮੇਰੇ ਵੀ ਹੋਰ ਦਾ ਕਮੈਂਟ ਆਇਆ ਸੀਗਾ ਮੈਸੇਜ ਆ ਸੀਗਾ ਗੱਲਬਾਤ ਵੀ ਹੋਈ ਸੀਗੀ ਵੀ ਵੀਰ ਪੁੱਛਦਾ ਸੀ ਵੀ ਇੱਥੇ ਕੱਚਾ ਇਟਲੀ ਦੇ ਵਿੱਚ ਕੱਚਾ ਆਪਣੇ ਪੇਪਰ ਭਰਾਏ ਸੀਗੇ ਤੇ ਉਹਦਾ ਨੂੰ ਲਾ ਉਸਤਾਨ ਨਿਕਲ ਆਇਆ ਮਾਲਕ ਤੋਂ ਪੇਪਰ ਭਰਾਏ ਸੀ ਤੇ ਇੰਡੀਆ ਜਾਣਾ ਕਿਵੇਂ ਜਾ ਸਕਦਾ ਉਹਦੇ ਬਾਰੇ ਮੈਂ 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 ਜਾਣ ਕੇ ਹੀ ਮੋਟੀ ਦੱਸਣਾ ਵੀ ਤੁਹਾਨੂੰ ਇੰਡੀਆ ਜਾਣਾ ਵਾਸਤੇ ਕੋਈ ਪ੍ਰੋਬਲਮ ਨਹੀਂ ਤੁਸੀਂ ਜਾਓ ਮਿਲਾਨ ਰੋਮੇਰਪੋਰਟ ਤੋਂ ਤੁਸੀਂ ਫਲੈਟ ਲੈ ਸਕਦੇ ਆ ਟਿਕਟ ਬੁੱਕ ਕਰਾਓ ਜੇਕਰ ਤੁਹਾਡੇ ਕੋਲ ਪਾਸਪੋਰਟ ਹੈਗਾ ਤੁਹਾਨੂੰ ਇੰਡੀਆ ਜਾਣ ਚ ਕੋਈ ਦਿੱਕਤ ਨਹੀਂਗੀ ਕੋਈ ਕੁਛ ਨਹੀਂ ਹਾਂ ਜੇਕਰ ਕੋਈ ਪੁੱਛੇ ਤਾਂ ਤੁਸੀਂ ਕਹਿ ਰਹੇ ਬਈ ਹਾਂ ਅਸੀਂ ਇੱਥੇ ਆਏ ਸੀਗੇ ਸਾਡਾ ਮਾਲਕ ਮਰ ਮੁੱਕ ਗਿਆ ਤੇ ਸਾਨੂੰ ਅਸੀਂ ਕੱਚੇ ਪੱਕੇ ਰਹਿ ਕੇ ਬਖਾਉ ਦੀ ਕਮਾਈ ਕਰ ਲਈਏ ਤੇ ਹੁਣ ਆਪਦੇ ਮੁਲਕ ਜਾਣਾ ਚਾਹੁੰਦੇ ਆ ਤੁਹਾਨੂੰ ਭੇਜ ਦੇਣਗੇ ਕੋਈ ਚੱਕਰ ਦੀ ਕੋਈ ਕਿਸੇ ਨਹੀਂ ਪੁੱਛਣਾ ਹਾਂ ਤੇ ਨੂਲਾ ਹਸਤਾ ਲੈ ਜਾਓ ਨਾਲ ਤੇ ਜਦੋਂ ਅਨੁਲਾਸਤਾ ਅਪਲਾਈ ਕਰਨਾ ਉਸ ਤੋਂ ਪਹਿਲਾਂ ਇੰਡੀਆ ਜਾਨਸਾਰ ਤੁਸੀਂ ਕੰਮ ਕਰਨਾ ਨੂੰਲਾਸਤਾ ਨਹੀਂ ਅਪਲਾਈ ਕਰਨਾ ਉੱਥੇ ਉੱਤੇ ਸੌਰੀ ਫੈਲ ਨਹੀਂ ਸਬਮਿਟ ਕਰਾਉਣੀ ਪਹਿਲਾਂ ਆਪਦਾ ਜਿਹੜਾ ਪਾਸਪੋਰਟ ਆ ਉਹ ਕੋ ਜਿਹੜਾ ਲੌਸ ਦੀ ਗੁੰਮ ਦੀ ਰਿਪੋਰਟ ਦਰਜ ਕਰਾਉਣੀ ਹੈ ਪਾਸਪੋਰਟ ਗੁੰਮ ਕਰਦੇ ਆਪਦਾ ਠੀਕ ਆ ਜਿਹੜੇ ਪਾਸਪੋਰਟ ਤੇ ਤੁਸੀਂ ਇਧਰੋਂ ਗਏ ਆ ਪਾਸਪੋਰਟ ਗੁੰਮ ਹੋ ਗਿਆ ਲੌਸ ਦੀ ਰਿਪੋਰਟ ਹੋ ਗਈ ਜੇ ਨਹੀਂ ਗੁੰਮ ਕਰਾਉਂਦੇ ਪਾਸਪੋਰਟ ਜੇ ਉਸੇ ਪਾਸਪੋਰਟ ਤੇ ਤੁਸੀਂ ਕਿਉਂਕਿ ਇਧਰੋਂ ਸਟੈਂਪ ਲੱਗ ਜਾਣੀ ਆ ਆਊਟ ਦੀ ਇਟ ਲਈ ਤਾਂ ਉਹਦੀ ਸਟੈਂਪ ਲੱਗ ਜਾਣੀ ਆ ਤੇ ਫਿਰ ਉਹਨਾਂ ਨੇ ਐਮਬੈਸੀ ਦੇ ਵਿੱਚ ਚੱਕਰ ਪਾਣਾ ਇਹਦਾ ਬੈਟਰੀ ਇਹੀ ਆ ਸੋਲੂਸ਼ਨ ਬਈ ਤੁਸੀਂ ਇੰਡੀਆ ਜਾ ਕੇ ਆਪਦਾ ਨਵਾਂ ਪਾਸਪੋਰਟ ਅਪਲਾਈ ਕਰੋ ਪਿਛਲੇ ਦੀ ਗੁੰਮਦੀ ਦੀ ਰਿਪੋਰਟ ਲਾਓ ਤੇ ਜਦੋਂ ਵੀ ਮੰਗੇ ਜਾਊਗਾ ਉਹਦੇ ਪਹਿਲੇ 프ਰੰਟ ਪੇਜ ਦੀ ਫੋਟੋ ਤੁਹਾਡੀ ਹੋਣੀ ਚਾਹੀਦੀ ਆ ਉਹ ਕੋਈ ਚੱਕਰ ਨਹੀਂ ਬਾਕੀ ਇਹੀ ਹਾਲ ਆ ਤੇ ਇਹੀ ਕਰਦੇ ਆਉਂਦੇ ਮੇਰੇ ਵੀਰ ਬਹੁਤਿਆਂ ਦੇ ਇੱਥੋਂ ਦੇ ਇਦਾਂ ਹੀ ਹੋਇਆ ਇੱਥੋਂ ਗਏ ਆ ਮੇਰੇ ਵੀਰ ਨੂਲੇ ਉਸ ਤੇ ਲੈ ਕੇ ਤੇ ਵਾਪਸ ਆ ਗਏ ਆ ਤੇ ਅੱਗੇ ਇੱਕ ਮੇਰੇ ਵੀਰ ਦਾ ਕਮੈਂਟ ਸੀਗਾ ਬਈ ਰੈਂਟੋ ਡਿਜੀਟਲ ਨਾਂਸਾ ਬੰਦ ਹੋ ਗਈ ਹੈ ਵੀਰ ਦੀ ਇਟਲੀ ਦੇ ਵਿੱਚ ਤੇ ਅਸੈਨੀਓ ਊਨਕੋ ਫੈਮਿਲੀ ਆਰੇ ਦਾ ਦਮਾਂਦਾ ਕਰ ਸਕਦਾ ਸੋ ਇੱਥੇ ਮੈਂ ਇਹ ਦੱਸਦਾ ਨਾ ਵੀ ਸਾਰੇ ਮੇਰੇ ਵੀਰ ਕੋਈ ਵੀ ਇਟਲੀ ਦੇ ਵਿੱਚ ਰਹਿੰਦਾ ਪਤਾ ਹੋ ਆਰਡੀਸਿਲੇਂਦਾ ਰੈਜ਼ਟਰੀਜੀਟਾ ਨਾਂਸੋਰ ਰਹਿੰਦਾ ਜਾਂ ਕੋਈ ਕੰਮ ਕਰ ਕਰਦਾ ਕਿਵੇਂ ਵੀ ਕੋਈ ਵੀ ਕੰਮ ਕਰ ਕਰਦਾ ਉਹਦੇ ਵਾਸਤੇ ਅਸੈਨੀਓ ਊਨਕੋ ਸਾਰੇ ਵਾਸਤੇ ਲੱਗੂਗਾ ਸਾਰੇ ਦਮਾਂਦਾ ਕਰ ਸਕਦੇ ਆ ਭਾਵੇਂ ਪੈਨਸ਼ਨ ਲੈ ਰਿਆ ਉਹ ਵੀ ਕਰ ਸਕਦਾ ਦਮਾਂਦਾ ਕਿਉਂਕਿ ਇਹਦੇ ਵਿੱਚ ਸ਼ਰਤਾਂ ਕੱਲੀ ਈਜ਼ੇ ਤੇ ਡਿਪੈਂਡ ਕਰਦਾ ਵੀ ਤੁਹਾਡੀ ਈਜ਼ੇ ਕਿੰਨੀ ਆ ਰਹੀ ਹੈ ਬਣ ਕੇ ਭਾ ਵੀ ਪੈਨਸ਼ਨ ਪਰ ਲੈ ਰਹੇ ਆ ਤਾਂ ਵੀ ਈਜ਼ੇ ਤੇ ਜਾਂ ਤੁਸੀਂ ਆਰਡੀਸੀ ਲੈ ਰਹੇ ਆ ਤਾਂ ਵੀ ਈਜ਼ੇ ਤੇ ਡਿਪੈਂਡ ਕਰਨਾ ਹੈ ਤੇ ਈਜ਼ੇ ਡਿਪੈਂਡ ਕਰਦਾ ਬਾਕੀ ਅੱਗੇ ਮੈਂ ਇਹਦੇ ਸਬੰਧ ਦੇ ਵਿੱਚ ਹੋਰ ਗੱਲਬਾਤ ਸ਼ੇਅਰ ਕਰਦਾ ਇੱਕ ਮੇਰੇ ਵੀਜ਼ਾ ਕਮੈਂਟ ਆਇਆ ਸੀ ਵੀ ਪੈਨਸ਼ਨ ਪੈਨਸ਼ਨ ਉੱਤੇ ਵੀਜ਼ਾ ਕਮੈਂਟ ਆਇਆ ਸੀ ਵੀ ਫੁੱਲ ਡਿਟੇਲ ਦਿਓ ਬਈ ਐ ਇਉ ਤਾਂ ਮੈਂ ਬਾਅਦ ਚ ਪਾ ਹਮਾਂ ਕਹੇ ਜਨ ਸਪੈਸ਼ਲ ਵੀਡੀਓ ਬਣਾ ਕੇ ਪਾਉਂਗਾ ਪੈਨਸ਼ਨ ਨਾਲ ਉੱਤੇ ਮੈਂ ਬੀਤੇ ਦਿਨ ਇੱਕ ਵੀਡੀਓ ਪਾਈ ਸੀਗੀ ਵੀ ਮੇਨ ਮੇਨ ਤੇ ਵੀਰ ਦਾ ਕਮੈਂਟ ਸੀਗਾ ਪੋਜ਼ਿਟਿਵ ਸੀ ਵੀ 13 ਸਾਲ ਇਟਲੀ ਦੇ ਵਿੱਚ ਕੰਮ ਕੀਤਾ ਤੇ ਹੁਣ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ 15 ਸਾਲ ਤੋਂ ਤੇ ਵੀ ਅਸੀਂ ਹੱਕਦਾਰ ਹੈਗੇ ਆ ਪੈਨਸ਼ਨ ਦੇ ਜਰੂਰ ਹੱਕਦਾਰ ਹਾਂ ਤੁਸੀਂ ਤੁਸੀਂ ਕਰਨਾ ਕੀ ਹੈ ਤੁਸੀਂ ਇਟਲੀ ਦੇ ਵਿੱਚ ਕੰਫ ਜਾਂ ਪਤਰੋਨਾ ਤੋਂ ਨਾਲ ਕੰਟੈਕਟ ਕਰੋ ਆਪ ਦਾ ਕੰਮਾਂ ਦਾ ਵੇਰਵਾ ਦਿਓ ਸਾਰੇ ਜਿੱਥੇ ਜਿੱਤੇ ਕੰਮ ਕੀਤਾ ਸਾਰਾ ਤੁਹਾਡੇ ਕੋਲੇ ਹੋਣੇ ਆ ਬੂਸ ਤੇ ਪਾ ਕੇ ਹੋਣੇ ਆ ਕੁਦ ਪੁੱਦਾਂ ਹੋਣਗੀਆਂ ਸਾਰਾ ਕੰਮਾਂ ਦਾ ਵੇਰਵਾ ਦਿਓ ਤੁਸੀਂ ਹੱਕਦਾਰ ਹੈਗੇ ਆ ਮੈਂ ਪਹਿਲਾਂ ਹੀ ਬਹੁਤ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਜੇਕਰ ਜਿਹੜੇ ਮੇਰੇ ਵੀਰ ਇਟਲੀ ਦੇ ਵਿੱਚ ਕੰਮ ਕਰਦੇ ਆ ਭਾ 5 ਜਾਂ 10 ਸਾਲ ਕੰਮ ਕੀਤਾ ਇੱਥੇ ਜਿਹੜੀਆਂ ਸਹੂਲਤਾਂ ਨੂੰ ਉਹਨਾਂ ਨੂੰ ਛੱਡ ਕੇ ਨਾ ਜਾਓ ਹਾਂ ਠੀਕ ਆ ਜੇਕਰ ਤੁਸੀਂ ਚਲ ਜਾਨੇ ਆ ਕਿਸੇ ਹੋਰ ਕੰਟਰੀ ਦੇ ਵਿੱਚ ਸ਼ਿਫਟ ਹੋ ਜਾਨੇ ਆ ਤੇ ਇੱਥੋਂ ਦਾ ਜਿਹੜਾ ਬਕਾਇਆ ਉਹੋ ਜਰੂਰ ਲੈ ਕੇ ਜਾਵੇ ਜਿਵੇਂ ਕਿ ਪੈਨਸ਼ਨ ਹੋ ਗਈ ਫੰਡ ਹੋ ਗਏ ਤੇ ਜਿਹੜਾ ਵੀ ਤੁਹਾਡਾ ਬਕਾਇਆ ਬੰਦਾ ਜਰੂਰ ਤੁਸੀਂ ਹੱਕਦਾਰ ਹੈਗੇ ਆ ਇਹ ਕਿਤੇ ਨਹੀਂ ਆ ਤੁਹਾਡਾ ਅਗਲੀ ਗੱਲ ਕਰਦੇ ਆ ਅ ਅਫਗਾਨਿਸਤਾਨ ਤੋਂ ਇੱਕ ਖਬਰ ਆ ਰਹੀ ਹੈ ਅਫਗਾਨਿਸਤਾਨ ਤੋਂ ਜਿੱਥੇ 80 ਸਕੂਲੀ ਵਿਦਿਆਰਥੀਆਂ ਕੁੜੀਆਂ ਨੂੰ ਜ਼ਹਿਰ ਦਿੱਤਾ ਗਿਆ ਇਹ ਤਾਲਿਬਾਨਾਂ ਤਾਲਿਬਾਨ ਜਿਹਦਾ ਤਾਲਿਬਾਨ ਦੀ ਜਿਹੜੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਹੀ ਹੋਇਆ ਹੈ ਉੱਤਰੀ ਅਫਗਾਨਿਸਤਾਨ ਦੇ ਵਿੱਚ ਇੱਕ ਸਕੂਲ ਦੇ ਵਿੱਚ 60 ਕੁੜਕਾਂ ਨੂੰ ਜ਼ਹਿਰ ਦਿੱਤਾ ਗਿਆ ਤੇ ਇੱਕ ਸਕੂਲ ਦੇ ਵਿੱਚ ਉਸੇ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ 17 ਕੁੜਕਾਂ ਨੂੰ ਜ਼ਹਿਰ ਦਿੱਤਾ ਗਿਆ ਗੱਲ ਕਰਦੇ ਹਾਂ ਬਿਜਲੀ ਤੇ ਗੈਸ ਦੇ ਬਿੱਲਾਂ ਦੀ ਹਜੇ ਵੀ ਜਿਹੜਾ ਵਾਧ ਇਹ ਆ ਰਿਹਾ ਹੈ ਬਿਜਲੀ ਤੇ ਗੈਸ ਦੇ ਬਿੱਲ ਕਾਰਾਂ ਤੱਕ ਵੀ ਜਿਵੇਂ ਕੱਚੇ ਮਾਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਤੇ ਉਹਦੇ ਹਿਸਾਬ ਨਾਲ ਮਈ ਮਹੀਨੇ ਦੇ ਬਿੱਲ ਜਿਹੜੇ ਉਹ ਹਜੇ ਵੀ ਜਿਹੜਾ ਆਮ ਜਨਤਾ ਨੂੰ ਬਹੁਤ ਵੱਧ ਆਇਆ ਮੈਂ ਇਹ ਪਿੰਨ ਦੇ ਪਹਿਲਾਂ ਅੱਗੇ ਗੱਲ ਕਰਦੇ ਹਾਂ ਲੰਮਾਰਦੀਆ ਤੋਂ ਲੰਮਾਰਦੀਆ ਦੇ ਵਿੱਚ ਮੈਂ ਦੋ ਤਿੰਨ ਪਹਿਲਾਂ ਵੀ ਸ਼ੇਅਰ ਕਰ ਚੁੱਕਾ ਹਾਂ ਖਬਰ ਵੀ ਇੱਕ ਸੱਤ ਮਹੀਨੇ ਦੀ ਗਰਭਵਤੀ ਔਰਤ ਸੀ ਲੇਡੀ ਸੀ ਕਿ ਜਿਹਦੀ ਕਿ ਹੱਤਿਆ ਕਰ ਦਿੱਤੀ ਗਈ ਸੀ ਪਹਿਲਾਂ ਲਾਪਤਾ ਹੋਈ ਸੀਗੀ ਫਿਰ ਉਸ ਤੋਂ ਬਾਅਦ ਹੱਤਿਆ ਦੀ ਖਬਰ ਸਾਹਮਣੇ ਆਈ ਤੇ ਹੁਣ ਉਸ ਤੋਂ ਬਾਅਦ ਆਈ ਸੀਗੀ ਖਬਰ ਬਈ ਉਹਦਾ ਜਿਹੜਾ ਕਾਤਲ ਸੀਗਾ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਜਿਹੜੀ ਅੱਜ ਨਵੀਂ ਖਬਰ ਆ ਰਹੀ ਹੈ ਬਈ ਕਾਤਲ ਦਾ ਜਿਹੜਾ ਵਕੀਰ ਜੀ ਸਰਕਾਰੀ ਵਕੀਲ ਉਹਨਾਂ ਨੇ ਪਟੀਸ਼ਨ ਪਾਈ ਹੈ ਸਰਕਾਰ ਅੱਗੇ ਭਈ ਜਿਸ ਹਥਿਆਰ ਨਾ ਕਰਨ ਕੀਤਾ ਗਿਆ ਉਹ ਹਥਿਆਰ ਲੱਭ ਕੇ ਦਿੱਤਾ ਜਾਵੇ ਦੋਸਤੋ ਹੁਣ ਲੱਭ ਦੇ ਰੋ ਹਥਿਆਰ ਤੇ ਭਈ ਜਿਹੜੇ ਚਾਕੂ ਨਾ ਕਰਨ ਕੀਤਾ ਗਿਆ ਉਹ ਚਾਕੂ ਲੱਭ ਆ ਜਾਵੇ ਨਹੀਂ ਤਾਂ ਜਿਹੜਾ ਕਾਤਲਾ ਉਹ ਬਰੀ ਹੈ ਤੇ ਅੱਗੇ ਖਬਰ ਸ਼ੇਅਰ ਕਰਦਾ ਐ ਸੈਣੀਓ ਹੁਣ ਕੋਤੇ ਫੇਰ ਆ ਜਣੇ ਆ ਸੈਣੀਓ ਹੁਣ ਕੋਤੇ ਮੈਂ ਟਿਕਟੌਕ ਤੇ ਪੂਰੀ ਡਿਟੇਲ ਦੇ ਵਿੱਚ ਇੱਕ ਵੀਡੀਓ ਪਾ ਚੁੱਕਾ ਜਿਹੜੇ ਮੇਰੇ ਵੀ ਇਟਲੀ ਤੋਂ ਸੰਦੇ ਆ ਟਿਕਟੌਕ ਤੇ ਸੀ ਵੀ ਆ ਬੁਆਇਸ ਤੁਸੀਂ ਵੀ ਜਾਂਦੇ ਹੋਗੇ ਉਹ ਤਾਂ ਪੂਰੀ ਡਿਟੇਲ ਦੇ ਵਿੱਚ ਵੀਡੀਓ ਪਾਈ ਵੀ ਆ ਤੇ ਜਿਹੜਾ ਪਿਛਲੇ 11 ਮਹੀਨਿਆਂ ਦੇ ਵਿੱਚ ਸੈਨੀਓ ਨੂੰ ਕੋ ਵੰਡਿਆ ਗਿਆ 14.3 ਬਿਲੀਅਨ ਯੂਰੋ ਜਿਹੜੇ ਵੰਡੇ ਜਾ ਚੁੱਕੇ ਆ ਮਾਰਚ 2022 ਤੋਂ ਲੈ ਕੇ ਜਨਵਰੀ 2023 ਤੱਕ 9.6 ਬਿਲੀਅਨ ਜਿਹੜੇ ਬੱਚਿਆਂ ਨੂੰ ਇਹਦੀ ਇਹ ਵੰਡ ਹੋਈ ਆ ਇਹ ਜਨਵਰੀ 2023 ਦੇ ਵਿੱਚ 27009 ਜਿਹੜੇ ਦਮਾਂਡੇ ਕੀਤੇ ਗਏ ਸੀ ਉਹਨਾਂ ਨੂੰ ਵੰਡਿਆ ਗਿਆ ਬਾਕੀ ਇਹ ਤਾਂ ਨਾਰਮਲ ਆ ਹੈਗਾ ਵੀ 54 ਯੂਰੋ 10 ਸੈਂਟੀਆਂ ਜਿਹਦੇ ਬਿਨਾ ਈਜੇ ਤੋਂ ਆ ਜਾਂ ਜੀਤੀ ਈਜੇ 43220 ਯੂਰੋ ਤੋਂ ਵੱਧ ਦਾ ਉਹਨਾਂ ਦੇ ਪਰ ਬੱਚੇ ਦੇ ਬੰਦੇ ਆ 54 ਯੂਰੋ 10 ਸੈਂਟੀਆਂ ਤੇ ਜਿਨ੍ਹਾਂ ਦੀ ਈਜੇ ਹੈਗੀ ਆ 16215 ਯੂਰੋ ਤੱਕ ਆਈ ਜਿਆ ਉਹਨਾਂ ਦੇ ਬੰਦੇ 199 ਯੂਰੋ 20 ਸੈਂਟੀਆਂ 189.20 ਮਤਲਬ 190 ਯੂਰੋ ਫਰਕ ਬੰਤ ਬੱਚੇ ਦੇ ਬੰਦੇ ਆ ਉਹ ਇਹਦੇ ਵਿੱਚ ਵਾਧਾ ਕਿੰਨਾ ਹੋਇਆ ਵੀ 50% ਵਾਧਾ ਹੋਇਆ ਜਿਹਦਾ ਇੱਕ ਬੱਚਾ 1 ਸਾਲ ਤੋਂ ਉਮਰ ਛੋਟੀ ਆ ਜੀ ਦੀ ਜਾਂ ਜੀ ਤੇ ਤਿੰਨ ਬੱਚੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ 1 ਸਾਲ ਤੋਂ ਛੋਟਾ ਉਹਨਾਂ ਦੇ ਵਿੱਚ ਜਾਂ ਜਿਹਦਾ ਬੱਚਾ ਕੋਈ ਡਿਸੇਬਲ ਆ ਉਹਨਾਂ ਦੀ 50% ਦਾ ਵਾਧਾ ਹੋਇਆ ਜਨਵਰੀ ਤੋਂ ਤੇ ਜੇਕਰ ਮਾਹਬਾਪ ਦੋਵੇਂ ਕੰਮ ਕਰਦੇ ਆ ਕੰਮਾਂ ਤੇ ਜਾਂਦੇ ਆ ਠੀਕ ਹੈ ਉਹਨਾਂ ਦੀ ਈਜੀ 40000 ਤੋਂ ਘਟ ਉਹਨਾਂ ਦੇ ਪਰ ਬੱਚੇ ਦੇ ਹਿਸਾਬ ਨਾਲ 30 ਯੂਰੋ ਵੱਧ ਮਿਲਦੇ ਆ ਮਤਲਬ ਦੋਵੇਂ ਮੀਆਂ ਵੀ ਕੰਮ ਤੇ ਜਾਂਦੇ ਜੇਕਰ ਤੁਹਾਡੇ ਇੱਕ ਬੱਚਾ 30 ਯੂਰੋ ਹੋਰ ਵੱਧ ਮਿਲਦੇ ਆ ਜੇਕਰ ਦੋ ਬੱਚੇ ਆ ਤੇ 60 ਯੂਰੋ ਲਾ ਲਓ ਤਿੰਨ ਬੱਚੇ ਦਾ 90 ਯੂਰੋ ਤੇ ਬਾਕੀ ਇਹਦੀ ਮੈਂ ਪੂਰੀ ਡਿਟੇਲ ਬੂਲੀਆਂ ਤਰੀਕਾਂ ਵਗੈਰਾ TikTok ਤੇ ਪਾ ਚੁੱਕਾ ਤੇ ਉੱਥੇ ਜਾ ਕੇ ਦੇਖ ਸਕਦੇ ਨੇ ਆਪਾਂ ਇਹਦੇ ਵੀ ਸਪੈਸ਼ਲ ਵੀਡੀਓ ਮੈਂ ਕੱਲ ਨੂੰ ਅਪਲੋਡ ਕਰ ਦੂੰਗਾ TikTok ਵਾਲੀ ਵੀਡੀਓ ਆਪਾਂ YouTube ਤੇ ਐਂ ਕਨਵਰਟ ਕਰ ਦਾਂਗੇ ਅੱਗੇ ਨੂਲੇ ਉਸਤਿਆਂ ਦੀ ਗੱਲ ਕਰਦੇ ਆਂ ਨੂਲੇ ਉਸਤੇ ਕਿੱਥੋਂ-ਕਿੱਥੋਂ ਨਿਕਲੇ ਬੀਤੇ ਕੱਲ੍ਹ ਜਿਹੜੇ ਆਪਣੇ ਕੋਲ ਨਵੇਂ ਆਏ ਆ ਹੁਣ ਜਿਆਦਾ ਨਹੀਂ ਆਉਂਦੇ ਕਿਉਂ ਥੋੜਾ ਹੀ ਕੰਮ ਰਸ਼ ਘਟ ਗਿਆ ਮੇਰੇ ਹਿਸਾਬ ਨਾਲ ਨਵਾਂ ਕਸੈਟ ਤਾਂ ਤੋਂ ਸਾਲ 9:05 ਮਿੰਟ ਤੇ 6 ਸੈਕਿੰਡ ਬਰੋਨਾ ਤੋਂ 9:01:25 ਤੀਜੋ ਮਿਲਿਆ ਤੀਜੋ ਮਿਲਿਆ 9:03:26 ਸਾਡਾ ਸਲੈਰਨ ਤੋਂ ਸਾਡਾ ਜੀ ਦੀ ਟਾਈਮਿੰਗ ਕੋਈ ਨਹੀਂ ਆਏਗੀ ਤੇ ਬਾਰੀ ਤੋਂ ਬਾਰੀ ਤੋਂ 9:01:02 ਤੇ ਇਹੀ ਸੋ ਦੋਸਤੋ ਮੇਨ ਮੇਨ ਅਪਡੇਟ ਮੇਨ ਮੇਨ ਜਾਣਕਾਰੀ ਤੇ ਵਾਕੀ ਮਿਲਦੇ ਆਂ ਦਿੱਲੀ ਦੀ ਅਪਡੇਟ ਲੈ ਕੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਸਾਰਾ